ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਨ ਦਿੱਤਾ ਕਿ ਹਰਿਆਣਾ ਦੇ ਵਿੱਚ ਭ੍ਰਿਸ਼ਟਾਚਾਰ 31% ਤੱਕ ਘਟ ਗਿਆ। ਉਹਨਾਂ ਕਿਹਾ ਕਿ ਵਿਜੀਲੈਂਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਤਾਂ ਕਿ ਹਰਿਆਣੇ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਸਕੇ। ਦੇਖਿਏ ਅੱਜ ਹਮਾਰੀ ਜੋ ਡਿਫਰੈਂਟ ਡਿਪਾਰਟਮੈਂਟਸ ਕੇ ਜੋ ਸੀਵੀਓਜ਼ ਹੈ 60 ਕੇ ਲਗਭਗ ਉਨਕੀ ਸੰਖਿਆ ਹੈ ਔਰ ਹਮਾਰਾ ਜੋ ਵਿਜੀਲੈਂਸ ਬਿਊਰੋ ਹੈ ਡੀਜੀ ਵਿਜੀਲੈਂਸ ਬਿਊਰੋ ਉਨਕੀ ਦੇਖ ਰੇਖ ਮੇਂ ਜੋ ਕਾਮ ਸਭ ਚਲਤੇ ਹੈ ਇਨਕੀ ਸਬਕੇ ਇੱਕ ਦਿਨ ਭਰ ਕੀ ਵਰਕਸ਼ਾਪ ਹੈ ਔਰ ਮੈਂ ਸਮਝਤਾ ਹੂੰ ਕਿ ਹਮਾਰਾ ਜੋ ਜ਼ੀਰੋ ਟੋਲਰੈਂਸ ਫੋਰ ਕਰਪਸ਼ਨ ਕਾ ਜੋ ਇੱਕ ਵਿਸ਼ਾ ਹੈ ਉਸਕੋ ਪੂਰਾ ਕਰਨੇ ਕੇ ਲਈ ਇਹੀ ਜੋ ਟੀਮ ਹੈ ਇਸਮੇਂ ਸਹਾਇਕ ਸਿੱਧ ਹੋਗੀ। ਹਰ ਡਿਪਾਰਟਮੈਂਟ ਕੀ ਜੋ ਸ਼ਿਕਾਇਤਾਂ ਆਤੀ ਹੈ ਉਨਕੋ ਟਾਈਮ ਬੰਡ ਤਰੀਕੇ ਸੇ ਉਨਕਾ ਇਨਵੈਸਟੀਗੇਸ਼ਨ ਕਰਨਾ ਔਰ ਜੋ ਵੀ ਦੋਸ਼ੀ ਲੋਕ ਹੈ ਉਨਕੇ ਖਿਲਾਫ਼ ਜੋ ਕਾਰਵਾਈ ਸੰਤੁਤੀ ਹੋਤੀ ਹੈ ਉਸ ਕਾਰਵਾਈ ਕੋ ਆਗੇ ਬੜਾਨਾ ਔਰ ਨਿਸ਼ਚਿਤ ਰੂਪ ਸੇ ਇੱਕ ਜੋ ਭ੍ਰਿਸ਼ਟਾਚਾਰ ਕਰਨੇ ਵਾਲੇ ਲੋਕਾਂ ਕੇ ਉੱਪਰ ਕਿਸ ਪ੍ਰਕਾਰ ਸੇ ਲਗਾਮ ਕਸੀ ਜਾਏ ਐਸਾ ਇੱਕ ਵਰਕਸ਼ਾਪ ਮੇਂ ਦਿਨ ਭਰ ਇਹ ਚਰਚਾ ਕੀ ਜਾਏਗੀ ਔਰ ਇਸਕੇ ਅੱਛੇ ਪਰਿਣਾਮ ਨਿਕਲੇਂਗੇ। ਮੈਨੂੰ ਪਤਾ ਹਰ ਵਿਭਾਗ ਕੇ ਅੰਦਰ ਅਭੀ ਸੀਵੀਓਸ ਤੈਅ ਹੋਏ ਹੈ ਅਬ ਅੱਜ ਕੇ ਵਰਕਸ਼ਾਪ ਕੇ ਬਾਅਦ ਜੋ ਰਿਕਮੈਂਡੇਸ਼ਨ ਆਏਗੀ ਇਸ ਵਰਕਸ਼ਾਪ ਕੇ ਬਾਅਦ ताकि और भी इसको इफेक्टिव कैसे बनाया जाए कुछ अतिरिक्त अधिकारियों को ये जिम्मेवारी दी जा सकती है। विजिलेंस डिपार्टमेंट का काम होता है कि विजिलेंट रह करके कोई व्यवस्थाएं जो उनकी कार्यपद्धति वो ठीक से चले और जहां कहीं कोई भ्रष्टाचार होता है उसके ऊपर कैसे चेक लगे तो उस नाते से जिन भी अधिकारियों को लगाना होगा उनको हम लगाएंगे।